ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਣਾ। ਅਸੀਂ ਸਾਦਗੀ ਵਿੱਚ ਝੁੱਕੀ ਗਏ, ਤੁਸੀਂ ਤਾਂ ਗਿਰਿਆ ਹੋਇਆ ਸਮਝਣ ਲੱਗੇ। ਕਿੰਨਾ ਖੌਫ ਹੁੰਦਾ ਹੈ ਸ਼ਾਮ ਦੇ ਹਨੇਰਿਆਂ ਵਿੱਚ, ਪੁੱਛੋ ਉਹਨਾਂ ਪਰਿੰਦਿਆਂ ਨੂੰ ਜਿਨ੍ਹਾਂ ਦੇ ਘਰ ਨਹੀਂ ਹੁੰਦੇ। ਹੈਰਾਨ ਹਾਂ ਤੈਨੂੰ ਮਸਜਿਦ ਵਿੱਚ ਦੇਖ ਕੇ ਗਾਲਿਬ, ਐਸਾ ਵੀ ਕੀ ਹੋਇਆ ਕਿ ਖੁਦਾ ਯਾਦ ਆ ਗਿਆ। ਹੱਥਾਂ ਦੀਆਂ ਲਕੀਰਾਂ ਤੇ ਨਾ ਜਾ ਗਾਲਿਬ, ਨਸੀਬ ਤਾਂ ਉਹਨਾਂ ਦੇ ਵੀ ਹੁੰਦੇ ਆ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ। ਮੇਰੀ ਜੇਬ ਵਿੱਚ ਜ਼ਰਾ ਕੁ ਛੇਦ ਕੀ ਹੋ ਗਿਆ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਗਿਰ ਗਏ। ਲੋਕ ਬਦਲਦੇ ਨਹੀਂ ਗਾਲਿਬ, ਬਸ ਬੇਨਕਾਬ ਹੁੰਦੇ ਆ। ਜਦੋਂ ਲੱਗਾ ਸੀ ਤੀਰ ਉਦੋਂ ਇੰਨਾ ਦਰਦ ਨਾ ਹੋਇਆ ਗਾਲਿਬ, ਜ਼ਖਮ ਦਾ ਅਹਿਸਾਸ ਉਦੋਂ ਹੋਇਆ ਜਦੋਂ ਕਮਾਨ ਆਪਣਿਆਂ ਦੇ ਹੱਥਾਂ ਵਿੱਚ ਵੇਖੀ। ਅਸੀਂ ਤਾਂ ਅੱਖਾਂ ਵੇਖ ਕੇ ਫਨਾ ਹੋ ਗਏ ਗਾਲਿਬ, ਨਾ ਜਾਣੇ ਉਹ ਆਇਨਾ ਕਿੱਦਾਂ ਵੇਖਦੇ ਹੋਣਗੇ। ਰਹਿਣ ਦੇ ਮੈਨੂੰ ਇਹਨਾਂ ਅੰਧੇਰਿਆਂ ਦੇ ਵਿੱਚ ਹੀ ਗਾਲਿਬ, ਕਮਬਖਤ ਰੋਸ਼ਨੀ ਵਿੱਚ ਤਾਂ ਆਪਣਿਆਂ ਦੇ ਅਸਲੀ ਚਿਹਰੇ ਸਾਹਮਣੇ ਆ ਜਾਂਦੇ। ਮਸ਼ਰੂਫ ਰਹਿਣ ਦਾ ਅੰਦਾਜ਼ ਤੈਨੂੰ ਤਨਹਾ ਨਾ ਕਰਦੇ ਗਾਲਿਬ, ਰਿਸ਼ਤੇ ਫੁਰਸਤ ਦੇ ਨਹੀਂ ਤਵੱਜੋ ਦੇ ਮੁਹਤਾਜ ਹੁੰਦੇ ਨੇ। ਉਮਰ ਭਰ ਗਾਲਿਬ ਇਹੀ ਭੁੱਲ ਕਰਦਾ ਰਿਹਾ, ਮਿੱਟੀ ਚਿਹਰੇ ਤੇ ਸੀ ਪਰ ਸ਼ੀਸ਼ਾ ਸਾਫ ਕਰਦਾ ਰਿਹਾ। ਦੁਸ਼ਮਣਾਂ ਨੂੰ ਸਜ਼ਾ ਦੇਣ ਦੀ ਇੱਕ ਤਹਿਜ਼ੀਬ ਹੈ ਮੇਰੀ, ਮੈਂ ਹੱਥ ਨਹੀਂ ਚੁੱਕਦਾ, ਬਸ ਨਜ਼ਰਾਂ ਤੋਂ ਗਿਰਾ ਦਿੰਦਾ। ਆਉਂਦਾ ਹੈ ਕੌਣ ਕੌਣ ਤੇਰੇ ਦੁੱਖ ਨੂੰ ਵੰਡਾਉਣ, ਗਾਲਿਬ ਤੂੰ ਆਪਣੀ ਮੌਤ ਦੀ ਅਫਵਾਹ ਤਾਂ ਉਡਾ ਕੇ ਦੇਖ। ਏਦਾਂ ਤਾਰੀਫ ਨਾ ਕਰਿਆ ਕਰੋ ਮੇਰੀ ਸ਼ਾਇਰੀ ਦੀ, ਦਿਲ ਟੁੱਟ ਜਾਂਦਾ ਏ ਜਦੋਂ ਤੁਸੀਂ ਮੇਰੇ ਦਰਦ ਤੇ ਵਾਹ ਵਾਹ ਕਰਦੇ ਹੋ। ਮੈਨੂੰ ਕਹਿੰਦੀ ਹੈ ਤੇਰੇ ਨਾਲ ਰਹੂੰਗੀ ਸਦਾ, ਗਾਲਿਬ ਬਹੁਤ ਪਿਆਰ ਕਰਦੀ ਹੈ ਮੈਨੂੰ ਉਦਾਸੀ ਮੇਰੀ।